ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ 5ਵੀਂ ਕਲਾਸ ਦੇ ਨਤੀਜਿਆਂ ਵਿੱਚ ਸਿਲਵਰ ਵਾਟਿਕਾ ਕਨਵੈਂਟ ਸਕੂਲ ਧਰਮਪੁਰਾ ਦੇ ਵਿਦਿਆਰਥਣ ਸੁਖਮਨ ਕੌਰ ਪੁੱਤਰੀ ਰਣਜੀਤ ਸਿੰਘ ਨੇ ਪੰਜਾਬ ਭਰ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਜਾਣਕਾਰੀ ਮਿਲਣ ਤੇ ਪਰਿਵਾਰ ਅਤੇ ਪਿੰਡ ਵਾਸੀਆਂ ਵਿੱਚ ਖੁਸ਼ੀ ਦਾ ਮਾਹੌਲ ਵਿਖਾਈ ਦਿੱਤਾ। ਘਰ ਵਿਖੇ ਪਿਤਾ ਰਣਜੀਤ ਸਿੰਘ ਅਤੇ ਮਾਤਾ ਚਰਨਜੀਤ ਕੌਰ ਨੇ ਸੁਖਮਨ ਕੌਰ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਕਿਹਾ ਕਿ ਇਸ ਪ੍ਰਾਪਤੀ ਨਾਲ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਪਿੰਡ ਦਾ ਨਾਮ ਉੱਚਾ ਹੋਇਆ ਹੈ। ਸੁਖਮਨ ਕੌਰ ਨੇ ਕਿਹਾ ਕਿ ਅੱਗੇ ਵੀ ਉਹ ਪੂਰੀ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰੇਗੀ ਅਤੇ ਉਹ ਵੱਡੀ ਹੋ ਕੇ ਅਧਿਆਪਿਕਾ ਬਣੇਗੀ। ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਟੌਪ ਹੋਈ ਹਾਂ ਅਤੇ ਮੈਂ ਪੰਜਾਬ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈਗਾ। ਮੇਰਾ ਨਾਮ ਸੁਖਮਨ ਕੌਰ ਹੈ। ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਨੂੰ ਬਹੁਤ ਖੁਸ਼ੀ ਹੈ ਕਿ ਅੱਜ ਮੇਰੀ ਮਿਹਨਤ ਦੇ ਨਾਲ ਨਾਲ ਮੇਰੇ ਮਾਪਿਆਂ ਅਤੇ ਅਧਿਆਪਕਾਂ ਦੀ ਮਿਹਨਤ ਦਾ ਮੁੱਲ ਪੈ ਗਿਆ ਹੈ। ਮੈਂ ਪੂਰੇ ਪੰਜਾਬ ਵਿੱਚੋਂ ਟੌਪ ਕੀਤਾ ਹੈ। ਮੈਂ ਸਾਰੇ ਅਧਿਆਪਕਾਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਲਗਨ ਅਤੇ ਮਿਹਨਤ ਨਾਲ ਪੜ੍ਹਾਇਆ। ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਜੇ ਅਸੀਂ ਕੁਝ ਵੀ ਸੋਚ ਕੇ ਮਿਹਨਤ ਕਰਦੇ ਹਾਂ ਤਾਂ ਸਾਨੂੰ ਕਾਮਯਾਬੀ ਜ਼ਰੂਰ ਮਿਲਦੀ ਹੈ। ਮੈਂ ਇਸੇ ਤਰ੍ਹਾਂ ਮਿਹਨਤ ਕਰਦੀ ਰਹਾਂਗੀ ਅਤੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਂ ਰੌਸ਼ਨ ਕਰਦੀ ਰਹਾਂਗੀ। ਔਖਾ ਕੰਮ ਨਾ ਕੋਈ ਅੰਦਰ ਜਹਾਨ ਅੰਦਰ ਕਰਨਾ ਸਦਾ ਆਰੰਭ ਔਖਾ ਹੋਵੇ ਹੌਸਲਾ ਤਾਂ ਚੁੱਕ ਪਹਾੜ ਲਈਏ ਬਿਨਾਂ ਹੌਸਲੇ ਚੁੱਕਣਾ ਖੰਭ ਔਖਾ। ਧੰਨਵਾਦ। ਟੀਚਰ ਅੱਛਾ ਕਿੱਦਾਂ ਲੱਗਦਾ ਅੱਜ ਖੁਸ਼ੀ ਮਤਲਬ ਪੂਰਾ ਮਾਹੌਲ ਕਿੱਦਾਂ ਦਾ ਲੱਗ ਰਿਹਾ ਕਿਵੇਂ ਮਹਿਸੂਸ ਹੁੰਦਾ? ਬਹੁਤ ਵਧੀਆ ਮਹਿਸੂਸ ਹੁੰਦਾ। ਬਹੁਤ ਖੁਸ਼ੀ ਹੈ ਮੈਨੂੰ। ਕਿੰਨੀ ਕੁ ਮਿਹਨਤ ਕਰਨੀ ਪੈਂਦੀ ਹੈ ਫਸਟ ਆਉਣ ਵਾਸਤੇ? ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਕੀ ਕੁਛ ਕਰਨਾ ਪਿਆ? ਕਿੰਨੇ ਕਿੰਨੇ ਘੰਟੇ ਪੜ੍ਹੇ? ਅਸੀਂ ਜੀ 6 ਘੰਟੇ ਸਕੂਲ 'ਚ ਪੜ੍ਹਦੇ ਸੀ, 2 ਘੰਟੇ ਘਰੇ ਪੜ੍ਹ ਲੈਂਦੇ ਸੀ। ਹੁਣ ਅਗਲੀ ਕਲਾਸ 'ਚ 10ਵੀਂ 'ਚ ਕਿੰਨੇ ਮਤਲਬ ਅਗਲੀ ਕਲਾਸ 'ਚ ਕਿੰਨੇ ਨੰਬਰ ਲੈ ਕੇ ਆਉਣੇ ਕੀ ਲੱਗਦਾ? 100 ਲੈ ਜਾਵਾਂਗੇ। ਅਤੇ ਬੱਚਿਆਂ ਨੂੰ ਕੀ ਸੇਧ ਦਊਂਗੇ ਜਿਹੜੀਆਂ ਹੋਰ ਲੜਕੀਆਂ ਨੇ? ਉਹਨੂੰ ਐਵੇਂ ਕਹਾਂਗੇ ਕਿ ਹੈ ਨਾ ਆਪਾਂ ਨੂੰ ਮਿਹਨਤ ਕਰਨੀ ਰਹਿਣੀ ਚਾਹੀਦੀ, ਜੇਕਰ ਆਪਾਂ ਮਿਹਨਤ ਕਰਾਂਗੇ ਤਾਂ ਆਪਾਂ ਕੁਛ ਵੀ ਕਰ ਸਕਦੇ ਹਾਂ। ਬਹੁਤ ਬੜਾ ਮਾਣ ਮਹਿਸੂਸ ਹੋ ਰਿਹਾ ਹੈਗਾ ਸਾਨੂੰ ਇਸ ਚੀਜ਼ 'ਤੇ, ਕਿਉਂਕਿ ਸਾਡੇ ਬੱਚੇ ਹਰ ਵਾਰ ਹੀ ਬਲੋਕ ਦੇ ਵਿੱਚ ਤਾਂ ਫਸਟ ਆਉਂਦੇ ਹੀ ਆਉਂਦੇ ਨੇ, ਪਰ ਇਹ 2 ਸਾਲਾਂ ਦਾ ਹੀ ਹੋ ਰਿਹਾ ਹੈਗਾ ਜਿਹੜਾ ਆਪਾਂ ਸਟੇਟ ਲੈਵਲ 'ਤੇ ਯਾਨੀ ਕਿ ਰਿਜ਼ਲਟ ਕੱਢ ਰਹੇ ਹਾਂ ਬੱਚਿਆਂ ਦਾ। ਤਾਂ ਅੱਜ ਸਾਡਾ ਬੱਚਾ, ਕਿਉਂਕਿ ਲਾਸਟ ਈਅਰ ਕੀ ਸੀ ਲੋਕਡਾਊਨ ਕਰਕੇ ਬੱਚਿਆਂ ਦਾ ਥੋੜ੍ਹਾ ਰਿਜ਼ਲਟ ਬੜੇ ਨਿਰਾਸ਼ ਜਿਹੇ ਹੋਏ, ਪਰ ਇਸ ਟਾਈਮ ਜਿਹੜੀ ਸਾਨੂੰ ਖੁਸ਼ੀ ਮਿਲ ਰਹੀ ਅਸੀਂ ਤੁਹਾਨੂੰ ਬਿਆਨ ਨਹੀਂ ਕਰ ਸਕਦੇ ਹੈਗੇ। ਇਹ ਛੋਟੀ ਜਿਹੀ ਬੱਚੀ ਸੁਖਮਨ ਕੌਰ ਨੇ ਸਾਡੇ ਸਕੂਲ ਦਾ ਯਾਨੀ ਕਿ ਪਿੰਡ ਦਾ, ਬਲੋਕ ਦਾ, ਡਿਸਟ੍ਰਿਕਟ ਦਾ, ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਮੇਰੇ ਖਿਆਲ 'ਚ ਇਸ ਤੋਂ ਵੱਡੀ ਤਾਂ ਮਾਣ ਵਾਲੀ ਕੋਈ ਗੱਲ ਨਹੀਂ ਹੋਣੀ। ਕਿੰਨੇ ਬੱਚੇ ਜਿਹਦੇ? ਕਿੰਨੇ? 50 ਬੱਚੇ ਨੇਗੇ। ਠੀਕ ਹੈ, ਬਾਕੀਆਂ ਦਾ ਰਿਜ਼ਲਟ ਅਜੇ ਪਾਸ ਆਊਟ ਨਹੀਂ ਹੋਇਆ, ਤੁਹਾਡੇ ਕੋਲ ਲਿਸਟ ਨਹੀਂ ਆਈ ਹੈਗੀ, ਸਿਰਫ ਟੌਪ ਬੱਚੇ ਦੀ ਲਿਸਟ ਆਈ ਹੈ। ਕੱਲ੍ਹ ਤੁਹਾਡੇ ਕੋਲ ਮੋਹਾਲੀ ਤੋਂ ਫੋਨ ਆਇਆ ਮੈਡਮ ਸੁਖਵਿੰਦਰ ਮੈਡਮ ਦਾ, ਜਦੋਂ ਉਹਨਾਂ ਨੇ ਦੱਸਿਆ ਤਾਂ ਬਸ ਫਿਰ ਉਸ ਤੋਂ ਬਾਅਦ ਅਸੀਂ ਰਾਤ 10:30 ਤੱਕ ਫੋਨ 'ਤੇ ਲੱਗੇ ਰਹੇ ਜੀ। 5 ਤੋਂ ਲੈ ਕੇ 10:30 ਤੱਕ ਸਾਡੇ ਕੋਲ ਮੁਬਾਰਕ ਲੁਧਿਆਣਾ, ਜਲੰਧਰ, ਤਕਰੀਬਨ ਹਰ ਇੱਕ ਏਰੀਏ ਦੇ ਵਿੱਚੋਂ, ਹੋਰ ਤਾਂ ਹੋਰ ਅੱਜ ਆਸਟ੍ਰੇਲੀਆ ਤੋਂ ਵੀ ਕਾਲ ਆਈ ਹੈ ਸਾਡੇ ਕੋਲ, ਉਹਨਾਂ ਨੇ ਵੀ ਕੋਂਗਰੈਚੁਲੇਸ਼ਨ ਕੀਤਾ ਹੈਗਾ ਸਾਨੂੰ। ਬੜਾ ਮਾਣ ਮਹਿਸੂਸ ਹੋ ਰਿਹਾ ਇਸ ਬੱਚੀ ਕਰਕੇ ਜਿਹਨੇ ਸਾਡਾ ਨਾਮ ਰੋਸ਼ਨ ਕੀਤਾ। ਜਿਹੜੇ ਮਾਂ ਬਾਪ ਸੋਚਦੇ ਨੇਗੇ ਲੜਕੀਆਂ ਬੋਝ ਨੇ, ਮੇਰੇ ਖਿਆਲ 'ਚ ਬਹੁਤ ਵੱਡੀ ਗਲਤ ਗੱਲ ਹੈਗੀ ਉਹਨਾਂ ਦੀ। ਤੁਸੀਂ ਇਹ ਲਾ ਲਓ ਜਿਹੜਾ ਆਪਣਾ ਸਟਾਫ ਹੈ, 80% ਸਟਾਫ ਤਾਂ ਆਪਣਾ ਕੀ ਹੈ, ਲੇਡੀਜ਼ ਹੀ ਹੈ। ਤੁਸੀਂ ਮੇਰੇ ਆਸ ਪਾਸ ਦੇਖੋ ਲੇਡੀ ਸਟਾਫ ਬੈਠਾ ਹੈਗਾ, ਮੈਂ ਵੀ ਕੀ ਹਾਂ ਇੱਕ ਫੀਮੇਲ ਹੈ, ਇਹ ਲੜਕੀ ਵੀ ਕੀ ਹੈ ਇੱਕ ਲੇਡੀਜ਼ ਫੀਮੇਲ ਹੀ ਹੋ ਗਈ ਨਾ, ਫਿਰ ਆਪਾਂ ਕਿਉਂ ਇਹਨਾਂ 'ਤੇ ਸ਼ਰਮ ਮਹਿਸੂਸ ਕਰਦੇ ਹਾਂਗੇ? ਸਭ ਤੋਂ ਵੱਡੇ ਮਾਣ ਵਾਲੀ ਗੱਲ ਹੈ ਜਿਹੜੇ ਪੇਰੈਂਟ, ਮੈਂ ਕਹਿੰਦੀ ਕੁੜੀਆਂ ਦੇ ਹੈਗੇ ਨੇ ਪੇਰੈਂਟ, ਉਹ ਇਹ ਸੋਚਣ ਵੀ ਅਸੀਂ ਬਹੁਤ ਫਖਰ ਮਹਿਸੂਸ ਕਰਨ ਵੀ ਠੀਕ ਹੈ ਅਸੀਂ ਇੱਕ ਕੁੜੀ ਦੇ ਮਾਂ ਬਾਪ ਹੈਗੇ, ਇਹ ਵੀ ਸਾਡਾ ਨਾਮ ਰੋਸ਼ਨ ਕਰੇਗੀ। ਸ਼ਰਮ ਦੀ ਜ਼ਿੰਦਗੀ ਨਾ ਮਹਿਸੂਸ ਕਰਨ, ਉਹ ਸੋਚਣ, ਪੋਜ਼ੀਟਿਵ ਸੋਚ ਲਿਆਉਣ ਪੇਰੈਂਟ। ਕਿਉਂ ਨੈਗੇਟਿਵ ਸੋਚ ਲਿਆਉਂਦੇ ਨੇਗੇ ਪੇਰੈਂਟ ਆਪਣੇ ਮਨ ਦੇ ਵਿੱਚ? ਹਮੇਸ਼ਾ ਇਹ ਸੋਚਣ ਵੀ ਠੀਕ ਹੈ, ਇਹ ਨਹੀਂ ਹੈਗਾ ਇਕੱਲੇ ਲੜਕੇ ਹੀ ਨਾਮ ਰੋਸ਼ਨ ਕਰਨਗੇ। ਤੁਸੀਂ ਕਿਤੇ ਵੀ ਚਲੇ ਜਾਓ, ਕਿਤੇ ਵੀ ਤੁਹਾਨੂੰ ਲੇਡੀ ਸਟਾਫ 80% ਮਿਲੇਗਾ, ਕਿਸੇ ਵੀ ਸਟਾਫ ਕਿਸੇ ਵੀ ਮਹਿਕਮੇ 'ਚ ਚਲੇ ਜਾਓ। ਵੀ ਸਾਡੀ ਬੱਚੀ ਨੇ ਟੌਪ ਕੀਤਾ, ਅਸੀਂ ਤਾਂ ਇਹੀ ਕਹਾਂਗੇ ਵੀ ਬੱਚੇ ਨੂੰ ਪਿੱਛੇ ਨਹੀਂ ਕਰਨਾ ਚਾਹੀਦਾ, ਬੱਚੇ ਨੂੰ ਅੱਗੇ ਲਿਆਉਣਾ ਚਾਹੀਦਾ ਜੀ। ਕਿੰਨੀ ਕੁ ਮਿਹਨਤ ਕਰਦੀ ਸੀ, ਕੀ ਲੱਗਦਾ ਸੀ? ਵਧੀਆ, ਬਹੁਤ ਮਿਹਨਤ ਕਰਦੀ ਸੀ, ਸਾਰਾ ਦਿਨ ਪੜ੍ਹਦੀ ਸੀਗੀ ਜੀ, ਘਰ ਜਾ ਕੇ ਵੀ ਅਤੇ ਸਕੂਲ 'ਚ ਵੀ, ਕਦੇ ਵੀ ਇਹਨੇ ਕੰਮ ਨੂੰ ਨਹੀਂ ਕਹਾਇਆ, ਆਪਣੇ ਆਪ ਹੀ ਪੜ੍ਹਦੀ ਹੈ ਇਹ, ਕੋਈ ਅਸੀਂ ਨੇ ਟਿਊਸ਼ਨ 'ਤੇ ਨਹੀਂ ਲਾਇਆ, ਕੁਛ ਨਹੀਂ ਕਰਿਆ ਜੀ, ਇੱਦਾਂ ਹੀ ਪੜ੍ਹਦੀ ਹੈ ਇਹ, ਜਿਹੜੇ ਨੇ ਟੌਪ ਕੀਤਾ ਹੈ, ਬਹੁਤ ਮਿਹਨਤ ਕਰਦੀ ਹੈ ਜੀ ਆਪ ਹੀ। ਜਿਹੜੇ ਧੀਆਂ ਨੂੰ ਬਹੁਤ ਸਮਝਦੇ ਉਹਨਾਂ ਨੂੰ ਕੀ ਮੈਸੇਜ ਦਿਓਗੇ? ਅਸੀਂ ਤਾਂ ਕਹਿੰਦੇ ਵੀ ਧੀਆਂ ਨੂੰ ਬਹੁਤ ਸਮਝਣਾ ਹੀ ਨਹੀਂ ਚਾਹੀਦਾ, ਮੈਂ ਤਾਂ ਕਦੇ ਸਮਝਿਆ ਨਹੀਂ ਹੈਗਾ ਜੀ। ਅਸੀਂ ਤਾਂ ਵਧੀਆ ਤੋਂ ਵਧੀਆ ਸਕੂਲ 'ਚ ਲਾਇਆ ਵੀ ਵਧੀਆ ਪੜ੍ਹਾਈਏ, ਇਹਨੂੰ ਅੱਗੇ ਲੈ ਕੇ ਜਾਈਏ, ਅਤੇ ਮੈਂ ਜਿਹਾ ਜਿਹਾ ਸੋਚਦਾ ਸੀ ਅੱਗੇ ਬੱਚੀ ਪੜ੍ਹ ਵੀ ਰਹੀ ਹੈ, ਮਿਹਨਤ ਵੀ ਕਰ ਰਹੀ ਹੈ, ਮੈਨੂੰ ਲੱਗਦਾ ਵੀ ਮੇਰੀ ਉਹਦੇ ਸੋਚ 'ਤੇ ਖਰੀ ਉਤਰੇਗੀ। ਅੱਜ ਮੈਂ ਸਰਪੰਚ ਦਰਸ਼ਨ ਸਿੰਘ ਸਮੂਹ ਗ੍ਰਾਮ ਪੰਚਾਇਤ ਹੈ। ਸੋ ਕੱਲ੍ਹ ਜਦੋਂ ਸਾਨੂੰ ਬੱਚੇ ਦੇ ਰਿਜ਼ਲਟ ਦਾ ਪਤਾ ਲੱਗਿਆ, ਮੈਂ ਕਹਿੰਦਾ ਮੇਰੇ ਪਰਿਵਾਰ ਨੇ, ਇਸ ਪਰਿਵਾਰ ਨੇ, ਪੂਰੇ ਪਿੰਡ ਦੇ ਵਿੱਚ ਬਹੁਤ ਖੁਸ਼ੀ ਦਾ ਮਾਹੌਲ ਸੀਗਾ। ਅਤੇ ਅੱਜ ਇਸ ਮੇਰੀ ਬੇਟੀ ਸੁਖਮਨਾ ਨੇ ਸਮਾਜ ਨੂੰ ਵਧੀਆ ਸੇਧ ਦਿੱਤੀ ਹੈ ਕਿ ਬੇਟੀਆਂ ਜਿਹੜੀਆਂ ਕਿਸੇ ਮੁੰਡਿਆਂ ਨੂੰ ਕਿਸੇ ਤਰੀਕੇ ਘੱਟ ਨਹੀਂ ਹੈ, ਕਿਉਂਕਿ ਇਹਨੇ 500 ਦੇ ਵਿੱਚੋਂ 100% ਜਿਹੜੇ ਅੰਕ ਪ੍ਰਾਪਤ ਕਰਕੇ
पूरे पंजाब दे विच जिथे अपना अपने परिवार का स्कूल का ते पिंड का नाम रोशन किया इन्हें मैं इन्हों बधाई दिना समूह परिवार नूं ते समूह स्टाफ नूं कि इन्होंने वधिया सेध दित्ती है समाज नूं ते बेटियां दा सत्कार करो बेटियां नूं प्यार करो सो धियां नूं भुखां दे विच कतल ना कराओ ते बेटियां बहुत ऊंचा स्थान प्राप्त करदियां ने हर खेत्र दे विच कुड़ियां ने मल्लां मारियां सो मैं बेनती करदा कि आने वाले समय दे विच अपनियां बेटियां नूं वध तों वध पढ़ाओ ते किते भी आपां जाईए समाज दे विच बैंकां दे विच होर भी तां वध तों वध स्टाफ जिहड़ा ज़्यादा देखण नूं कुड़ियां दा मिलदा है ते वाधा समां दिंदियां पढ़ाई दे विच भी ते ड्यूटी दे विच भी 100% गारंटी नाल पाओ हर परेशानी दा हल गुरु कबीर जी 98720 82 499 Get ex love back in your life. मोनी वशीकरण करवाओ मनचाहा प्रेमी प्रेमिका अपने वास विच करो परेशानी जिमें वशीकरण करवाना चा तुड़वाना पति पत्नी च अनबन औलाद सुख विदेश यात्रा पीआर च रुकावट खोया प्यार वापस पौना सौतन दुश्मन तो छुटकारा कर्जा मुक्ति प्रेम ब्याज देरी तलाक केस चा समीनी झगड़ा लॉटरी नंबर पाओ 649 होवे चा लोटो मैक्स प्यार च धोखा खा चुके प्रेमी प्रेमिका एक बार जरूर संपर्क करो मैं तुहाडा प्यार टुटण नहीं देवांगा It's my promise.